ਸ਼ਕਾਲ ਲੋਕਰਾਂ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਸਿਆਸੀ ਮਾਹਿਰ ਮੌਜੂਦ ਨੇ ਡਾਕਟਰ ਭੀਮਿੰਦਰ ਸਿੰਘ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਪੰਗੋ ਸਾਹਿਬ ਜੀ ਦੋਸਤੋ ਦੇਸ਼ ਦੀ ਰਾਜਧਾਨੀ ਜਾਂ ਕਹਿ ਸਕਦੇ ਆਪਾਂ ਸਿਆਸਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦਾ ਹੁਣ ਸਿਆਸੀ ਮਾਹੌਲ ਚੇਂਜ ਹੋਣ ਦੇ ਆਸਾਰ ਨੇ ਉਸ ਉਹਨਾਂ ਆਸਾਰਾਂ ਨੇ ਵੱਡੇ ਵੱਡੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਸੋਚਣ ਤੇ ਮਜਬੂਰ ਕਰਤਾ ਜਿਵੇਂ ਆਪਾਂ MCD ਦੀ ਇਲੈਕਸ਼ਨ ਦੇਖੀ ਦਿੱਲੀ ਦੇ ਵਿੱਚ MCD ਤੇ ਹੁਣ ਭਾਜਪਾ ਦਾ ਕੰਟਰੋਲ ਪਿੱਛੇ ਹਟਦਾ ਹੋਇਆ ਆਪਾਂ ਨੂੰ ਦਿਖਾਈ ਦੇ ਰਿਹਾ ਆਮ ਆਦਮੀ ਪਾਰਟੀ ਵੱਡੀ ਤਦਾਦ ਦੇ ਵਿੱਚ ਅੱਗੇ ਹੈ ਹੋ ਸਕਦਾ ਕਿ ਚੇਅਰਮੈਨ ਆਮ ਆਦਮੀ ਪਾਰਟੀ ਦੇ ਕੰਟਰੋਲ ਦੇ ਹੇਠ ਹੋਵੇ ਚੇਅਰਮੈਨ ਆਮ ਆਦਮੀ ਪਾਰਟੀ ਦਾ ਉੱਥੇ ਹੋਵੇ ਇਸੇ ਮਾਮਲੇ ਬਾਬਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਡਾਕਟਰ ਸਾਹਿਬ ਜੁੜੇ ਨੇ ਡਾਕਟਰ ਸਾਹਿਬ ਇਲੈਕਸ਼ਨ ਦਿੱਲੀ ਦੀ ਜੀ ਸਰ MCD ਦੀ ਇਲੈਕਸ਼ਨ ਸਰਕਾਰ ਉੱਥੇ ਹੈਗੀ ਹੈ ਅਰਵਿੰਦ ਕੇਜਰੀਵਾਲ ਦੀ ਜੀ ਸੱਤ ਵਿਧਾਨ ਸਭਾ ਸੀਟਾਂ ਉਹ ਹੈਗੀਆਂ ਨੇ ਹੱਥ ਦੇ ਵਿੱਚ ਆਮ ਆਦਮੀ ਪਾਰਟੀ ਹਾਲੇ ਕਿਹਾ ਜਾਂਦਾ ਕਿ ਕਈ ਸਰਕਾਰਾਂ ਚੱਲਦੀਆਂ ਨੇ ਗਵਰਨਰ ਆਪ ਰੂਲ ਕਰਦਾ ਉੱਥੇ ਇੱਕ ਸੀਟ ਫਿਰ ਮੁੱਖ ਮੰਤਰੀ ਸਾਹਿਬ ਦੀ ਹੈਗੀ ਹੈ ਦੂਜੇ ਪਾਸੇ MCD ਇੱਕ ਦਿੱਲੀ ਦਾ ਇੱਕ ਪਾਰਟ ਹੈਗਾ ਜੀ ਹੁਣ ਆਮ ਆਦਮੀ ਪਾਰਟੀ ਨੇ ਵੱਡੀ ਇੱਕ ਬੜਤ ਹਾਸਲ ਕੀਤੀ ਹੈ ਆਮ ਆਦਮੀ ਆਪਣਾ MCD ਦੀ ਇਲੈਕਸ਼ਨ ਦੇ ਜਿਹੜੀਆਂ ਸੀਟਾਂ ਹੈਗੀਆਂ ਸੀ ਬਿਲਕੁਲ ਜੇਕਰ ਤੁਹਾਡੇ ਕੋਲੋਂ ਸਮਝਣਾ ਹੋਵੇ ਚਲੋ ਫੁੱਲ ਡਿਕਲੇਅਰੈਂਸ ਤੋਂ ਬਾਅਦ ਸਭ ਕੁਝ ਕਲੀਅਰ ਹੋਊਗਾ ਕਿਸਦਾ ਚੇਅਰਮੈਨ ਬਣਦਾ ਕਿਹਦੇ ਕੰਟਰੋਲ ਹੇਠ MCD ਆਉਂਦੀ ਹੈ ਪਰ ਵੱਡੀ ਵੋਟ ਪਰਸੈਂਟੇਜ ਵੱਡੀ ਇੱਕ ਤਦਾਦ ਦੇ ਵਿੱਚ ਅੱਗੇ ਵਧਣਾ ਆਮ ਆਦਮੀ ਪਾਰਟੀ ਨੇ ਅਗਰ ਤੁਹਾਡੇ ਕੋਲ ਸਮਝਣਾ ਹੋਵੇ ਕਿਸ ਤਰ੍ਹਾਂ ਤੁਸੀਂ ਬਿਆਨ ਕਰੋਗੇ ਬਿਲਕੁਲ ਦੇਖੋ ਇਹਦੇ ਵਿੱਚ ਮੈਂ ਇਹੀ ਕਹਾਂਗਾ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਪਿਛਲੇ ਲੰਬੇ ਸਮੇਂ ਤੋਂ ਵਿਧਾਨ ਸਭਾ ਦੀਆਂ ਸੀਟਾਂ ਜਿੱਤਦੀ ਆ ਰਹੀ ਸੀਗੀ ਔਰ ਜਦੋਂ ਤੁਸੀਂ ਦੇਖਦੇ ਹੋ ਤਾਂ ਪਿਛਲੇ 15 ਸਾਲਾਂ ਤੋਂ BJP MCD ਦੇ ਉੱਤੇ ਕਾਬਜ਼ ਸੀਗੀ ਔਰ ਉਹਦਾ ਵੱਡਾ ਕਾਰਨ ਇਹ ਸੀ ਕਿ ਕਿਉਂਕਿ ਸੈਂਟਰ ਦੇ ਵਿੱਚ BJP ਹੈ ਔਰ ਸੈਂਟਰ ਦੀਆਂ ਜੋ ਨੀਤੀਆਂ ਨੇ ਜਾਂ ਸੈਂਟਰ ਦੇ ਜੋ ਆਪਾਂ ਸਾਰੇ ਜਾਣਦੇ ਹਾਂ ਕਿ ਮੋਦੀ ਸਾਹਿਬ ਨੇ ਜਿਸ ਤਰ੍ਹਾਂ ਦੇ ਨਾਲ ਪ੍ਰੈਸ਼ਰ ਬਣਾ ਕੇ ਪਿਛਲੇ ਲੰਬੇ ਸਮੇਂ ਤੋਂ MCD ਦੇ ਉੱਤੇ ਕਬਜ਼ੇ ਕੀਤੇ ਹੋਏ ਸੀਗੇ ਤਾਂ ਉਸ ਕਬਜ਼ੇ ਨੂੰ ਤੋੜਨਾ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਸਿਰਜਿਆ ਦਿੱਲੀ ਦੇ ਲੋਕਾਂ ਨੇ ਉਹਦਾ ਕਾਰਨ ਇਹੀ ਹੈ ਕਿ ਪਿਛਲੇ ਜਦੋਂ ਅਸੀਂ ਲੰਬਾ ਸਮਾਂ ਦੇਖਦੇ ਹਾਂ ਖਾਸ ਤੌਰ ਤੇ ਜਦੋਂ 15 ਸਾਲ ਦਾ ਵਕਫਾ ਵੇਖਦੇ ਹਾਂ ਦਿੱਲੀ ਦਾ ਤਾਂ ਉਹਦੇ ਵਿੱਚ ਜੋ ਦਿੱਲੀ ਦੇ ਵਿੱਚ MCD ਨੂੰ ਕੰਮ ਕਰਨੇ ਚਾਹੀਦੇ ਸੀਗੇ ਤਾਂ ਉਹ ਕੰਮ ਨਹੀਂ ਹੋ ਪਾਏ ਖਾਸ ਤੌਰ ਤੇ ਦਿੱਲੀ ਦੇ ਤੁਸੀਂ ਦੇਖੇ ਹੀ ਹੋ ਆਪਾਂ ਸਾਰੇ ਜਾਣਦੇ ਹਾਂ ਦਿੱਲੀ ਦੇ ਵਿੱਚ ਵੱਡੇ ਵੱਡੇ ਗੰਦ ਦੇ ਪਹਾੜ ਉੱਤੇ ਤੁਹਾਨੂੰ ਨਜ਼ਰ ਆਉਂਦੇ ਨੇ ਢੇਰ ਨੇ ਜਿਹੜੇ ਕੂੜੇ ਦੇ ਢੇਰ ਤੁਹਾਨੂੰ ਨਜ਼ਰ ਆਉਣਗੇ ਥਾਂ ਥਾਂ ਦੇ ਉੱਤੇ ਸੋ ਇਸੇ ਤਰ੍ਹਾਂ ਸਕੂਲਾਂ ਦੀ ਜਿਹੜੀ ਖਾਸ ਤੌਰ ਜਿਹੜੇ ਪ੍ਰਾਇਮਰੀ ਸਕੂਲਸ ਨੇ ਜਿਹੜੇ ਕਿ MCD ਦੇ ਕੰਟਰੋਲ 'ਚ ਨੇ ਉਹਨਾਂ ਦੇ ਹਾਲਾਤ ਜਿਹੜੇ ਨੇ ਉਹ ਬਹੁਤੇ ਚੰਗੇ ਤੁਹਾਨੂੰ ਨਜ਼ਰ ਨਹੀਂ ਆਉਣਗੇ ਇਸੇ ਤਰ੍ਹਾਂ ਜਿਹੜੇ ਵੀ ਜੋ ਚੀਜ਼ਾਂ MCD ਕੰਟਰੋਲ ਕਰਦੀ ਆ ਰਹੀ ਸੀ ਪਿਛਲੇ 15 ਸਾਲਾਂ ਤੋਂ BJP ਦੇ ਕੰਟਰੋਲ ਦੇ ਰਾਹੀਂ ਤਾਂ ਉਹ ਤੁਹਾਨੂੰ ਉਹਦਿਆਂ ਦੇ ਵਿੱਚ ਸੈਟੀਸਫੈਕਸ਼ਨ ਲੋਕਾਂ ਦੇ ਵਿੱਚ ਦਿਖਾਈ ਨਹੀਂ ਸੀ ਦਿੱਤੀ ਉਹਦੇ ਵਿੱਚ ਲੋਕ ਬਦਲ ਚਾਹ ਰਹੇ ਸੀਗੇ ਲੋਕ ਇਹ ਚਾਹੁੰਦੇ ਸੀਗੇ ਕਿ ਸਾਨੂੰ ਉਦਾਂ ਦੀ ਪਾਰਟੀ ਚਾਹੀਦੀ ਹੈ ਜਿਹੜੀ ਕਿ ਵਿਧਾਨ ਸਭਾ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਕੰਮ ਕਰ ਰਹੀ ਸੀਗੀ ਐਜੂਕੇਸ਼ਨ ਹੈਲਥ ਜਾਂ ਹੋਰ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਤਾਂ ਇੱਕ ਕਿਸਮ ਦਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਰਾਜ ਨੂੰ ਆਮ ਆਦਮੀ ਪਾਰਟੀ ਦੀ ਸੱਤਾ ਨੂੰ ਜਿਹੜਾ ਹੈਗਾ ਉਹਦੇ ਪ੍ਰਤੀ ਇੱਕ ਆਪਣਾ ਜਿਹੜਾ ਹੈਗਾ ਵੋਟ ਦਿੱਤੀ ਹੈ ਸੋ ਇਸ ਕਰਕੇ ਉਮੀਦ ਹੈ ਕਿ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਕਿ ਮੇਅਰ ਜਿਹੜਾ ਬਣਨਾ ਦਿੱਲੀ ਦਾ ਉਹ ਆਮ ਆਦਮੀ ਪਾਰਟੀ ਦਾ ਬਣੇਗਾ ਔਰ ਪਹਿਲੀ ਵਾਰੀ ਹੋਏਗਾ ਦਿੱਲੀ ਦੇ ਇਤਿਹਾਸ ਦੇ ਵਿੱਚ ਕਿ ਇੱਕ ਨਵੀਂ ਪਾਰਟੀ ਜਿਹੜੀ ਬਹੁਤ ਥੋੜਾ ਸਮਾਂ ਪਹਿਲਾਂ ਬਣੀ ਹੈ ਔਰ ਉਹ ਵਿਧਾਨ ਸਭਾ ਦੇ ਉੱਤੇ ਵੀ ਕਾਬਜ਼ ਹੈ ਔਰ MCD ਦੀਆਂ ਜਿਹੜੀਆਂ ਹੁਣ ਚੋਣਾਂ ਹੋਈਆਂ ਨੇ ਉਹਦੇ ਉੱਤੇ ਵੀ ਕਾਬਜ਼ ਹੋਏਗੀ ਸੋ ਦੋਨਾਂ ਨੂੰ ਮਿਲਾ ਕੇ ਮੈਨੂੰ ਲੱਗਦਾ ਹੈ ਕਿ ਦਿੱਲੀ ਦੇ ਲੋਕਾਂ ਦੇ ਲਈ ਦਿੱਲੀ ਦੇ ਲਈ ਇਹ ਇੱਕ ਵਧੀਆ ਸ਼ਗਨ ਕਹਿ ਸਕਦੇ ਹਾਂ ਕਿ ਇਹਦੇ ਨਾਲ ਕੀ ਹੋਏਗਾ ਕਿ ਵਿਧਾਨ ਸਭਾ ਔਰ MCD ਦੇ ਦੋਨੋਂ ਜੇ ਕੰਮ ਹੋਣਗੇ ਵਧੀਆ ਕੰਮ ਹੋਣਗੇ ਤਾਂ ਇੱਕ ਵਧੀਆ ਐਗਜ਼ਾਮਪਲ ਦਿੱਲੀ ਦੇ ਕੰਮਾਂ ਨੂੰ ਲੈ ਕੇ ਐਜੂਕੇਸ਼ਨ ਹੈਲਥ ਜਾਂ ਹੋਰ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਇੱਕ ਪੇਸ਼ ਕੀਤੀ ਜਾ ਸਕਦੀ ਹੈ ਸੋ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਜਾਂ ਹੋਰ ਜਿਹੜੇ ਮੇਅਰ ਬਣਨਗੇ ਉਹਨਾਂ ਦੀ ਅਗਵਾਈ ਦੇ ਵਿੱਚ MCD ਦੀਆਂ ਚੋਣਾਂ ਜੇਕਰ ਜਿੱਤਦੀ ਹੈ ਆਮ ਆਦਮੀ ਪਾਰਟੀ ਤਾਂ ਇੱਕ ਚੰਗਾ ਜਿਹੜਾ ਹੈਗਾ ਇੱਕ ਮਾਹੌਲ ਦਿੱਲੀ ਦੇ ਵਿੱਚ ਬਣੇਗਾ ਔਰ ਜੇਕਰ ਦਿੱਲੀ ਦੇ ਵਿੱਚ ਉਹ ਚੰਗਾ ਮਾਹੌਲ ਬਣਦਾ ਤਾਂ ਉਹਦਾ ਅਸਰ ਪੂਰੇ ਭਾਰਤ ਦੇ ਵਿੱਚ ਜਾਏਗਾ ਔਰ ਹੌਲੀ ਹੌਲੀ ਆਮ ਆਦਮੀ ਪਾਰਟੀ ਦੂਜੀਆਂ ਸੀਟਾਂ ਵਿੱਚ ਵੀ ਵਧੇਗੀ ਹਾਂ ਤੇ ਖਾਸ ਕਰਕੇ ਗੁਜਰਾਤ ਇਲੈਕਸ਼ਨ ਜਿਵੇਂ ਉਹਨੂੰ ਤੁਸੀਂ ਕਿਸ ਨਜ਼ਰੀ ਨਾਲ ਦੇਖਦੇ ਹੋ ਕਿਉਂਕਿ 8 ਦਸੰਬਰ ਕੱਲ ਹੈ ਡਾਕਟਰ ਸਾਹਿਬ ਕੱਲ ਡਿਕਲੇਰੇਸ਼ਨ ਹੋ ਜਾਣੀ ਹੈ ਗੁਜਰਾਤ ਦੀ ਜੀ ਜੀ ਕੱਲ ਮੈਨੂੰ ਲੱਗਦਾ ਕਿ ਉੱਥੇ ਵੀ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਨਤੀਜੇ ਆਉਣ ਦੀਆਂ ਕਾਫੀ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਕਿਉਂਕਿ ਇਹਦਾ ਕਾਰਨ ਇਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਿਵੇਂ ਆਪਾਂ ਦੇਖ ਰਹੇ ਹਾਂ ਆਮ ਆਦਮੀ ਪਾਰਟੀ ਦੇ ਲੋਕ ਜਦੋਂ ਜਾਂਦੇ ਨੇ ਚਾਹੇ ਉਹ ਕੇਜਰੀਵਾਲ ਜੀ ਹੋਣ ਚਾਹੇ ਸ਼੍ਰੀ ਭਗਵੰਤ ਮਾਨ ਜੀ ਹੋਣ ਜਾਂ ਹੋਰ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਹੋਣ ਜੇਕਰ ਉੱਥੇ ਜਾ ਕੇ ਉਹ ਆਪਣੀ ਗੱਲ ਰੱਖਦੇ ਨੇ ਤਾਂ ਲੋਕ ਉਹਨਾਂ ਨੂੰ ਭੀੜਾਂ ਦੀਆਂ ਭੀੜਾਂ ਦੇ ਤੌਰ ਤੇ
सुनने लिए आते हैं। सो इतों ही लगता है कि लोग उत्थे भी बदल चाहते हैं, जिवें इत्थे 15 साल का गढ़ तोड़िया है आम लोगों ने, तो उत्थे भी गुजरात के लोग जिहड़े ने उह पिछले 27 साल का जिहड़ा गढ़ है बीजेपी का, और बीजेपी की राजधानी कहा जाता है गुजरात नूं, तो उत्थे भी जेकर सन लगती है तो एक बहुत वड्डी मैनूं लगता है कि यह घटना होएगी और एक इतिहास गुजरात के लोग सिरजन जा रहे हैं कल, और उम्मीद है कि कल इस वेले तक काफ़ी चीज़ा क्लीयर हो जाएंगियां और गुजरात दे विच आम आदमी पार्टी वड्डी लीड दे तौर ते जित्तण दीयां संभावनावां नज़र आ रहियां ने। पंगू साहब जी, डॉक्टर साहब, कांग्रेस नूं काफ़ी घट सीटां मिलियां एम सी डी दे विच, यानी कि घट वार्डां उत्ते काबज होए हो, भाजपा वड्डे पद्धर उत्ते वोट परसेंटेज उत्थे ही खड़ा रहा थोड़े बहुत फर्क दे नाल, उहनां दा कांग्रेस दी वोट शिफ्ट हो गई आम आदमी पार्टी वल। जी, इह देखो जिथे जिथे चोणां हुंदियां होणगियां, चाहे स्टेट की गल होवे, चाहे वह नैशनल लैवल की गल होएगी, चाहे वह एम सी डी दी गल तुसीं कर रहे हो, उत्थे हमेशा यही होएगा कि कांग्रेस का जिहड़ा वोट बैंक है उहदा खिसकण दे वड्डे कारण यही ने, क्योंकि कांग्रेस के विच लोकां नूं भरोसा बहुता इस वेले नज़र नहीं आ रहा, वह क्योंकि लोग जिहड़े ने उह कम चाहुंदे ने, लोग की है साफ पानी चाहुंदे ने, लोग बिजली फ्री चाहुंदे ने, लोग जिहड़े ने एजुकेशन चाहुंदे ने, लोग चंगी हैल्थ चाहुंदे ने, लोग होर बुनियादी सहूलतां चाहुंदे ने, पर जिहड़ी पिछले लंबे समय तो जदों असीं शीला दीक्षित जी का दौर देखते हाँ दिल्ली दे विच, तां उह 15 सालों का जिहड़ा दौर सीगा उहदे विच लोकां नूं काफ़ी जिहड़ियां सी उह दिक्कतां आईयां सीगियां, इस करके हौली 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 उन्हां दी जिहड़ी लीडरशिप है उह पिछे हटदी गई और लोकां दा जिहड़ा रुझान सीगा उह आम आदमी पार्टी वल होना शुरू होया, और अज आपां देख रहे हैं कि आम आदमी पार्टी का वोट शेयर जिहड़ा हैगा लगातार वध रहा है, और कांग्रेस कल्ली दिल्ली की मैं गल नहीं कर रहा, बाकी स्टेटां दे विच तुसीं गुजरात की गल की है, गुजरात दे विच भी देखोगे कि कांग्रेस का जिहड़ा किसी वेले अज तो 25-30 साल पहला जिहड़ा गढ़ हुंदा सीगा उह भी अज गढ़ टुटदा नज़र आ रहा, उत्थे भी कांग्रेस दीयां जिहड़ियां ने बहुत घट सीटां मिलन दीयां उहनां नूं संभावना या वोट प्रतिशत बहुत घट होण दी संभावना है, इस तरह हौली हौली तुसीं बाकी स्टेटां दे विच देखोगे, क्योंकि कांग्रेस ने अपनी जिहड़ी लीडरशिप है उहनूं संभालिया नहीं है, उहदे विच अनुशासनहीनता है, उहदे विच मुद्दियां दी जिहड़ी कमिटमेंट चाहीदी सीगी मुद्दियां प्रति, अपने मुल्क प्रति, अपने जिहड़े जिहड़े खास तौर पर एजुकेशन और हैल्थ प्रति जो कमिटमेंट उन्होंने दिखाई चाहिए सी वह नहीं दिखा रहे, अज भी बेशक तुसी देखा होगा कि राहुल गांधी जी भारत जोड़ो यात्रा के उत्ते निकले हुए ने, पर उहदे विच मुद्दियां दी गल नहीं हो रही, मुद्दे जिन्नी देर तुसी अज हिंदुस्तान के लोगों के जिहड़े बुनियादी मसले ने उन्होंने हल करन दी कोई अपनी पॉलिसी नहीं लैके आउंदे, नहीं नवा कोई प्रोग्राम देंदे, उन्नी देर इदां दा जिहड़े यात्रावां दा कोई बहुता फायदा हुंदा मैनूं नज़र नहीं आ रहा, सो इस करके मैं कह सकदा कि आने वाले समय के भी कांग्रेस जिहड़ी हैगी है बाकी सूबियां चों भी इहदियां जिहड़ियां जिन्नियां भी इस वेले वोट प्रतिशत आपां देख रहे, चाहे तुसीं देखोगे राजस्थान दे विच काफ़ी अनुशासनहीनता उत्थे तुहानूं देखण नूं नज़र आ रही है, इस तरह छत्तीसगढ़ दे विच देख लो या होर स्टेटां दे विच जिथे विरोधी धिर भी हैगी है कांग्रेस उत्थे भी बहुता उह अपना काम करदी नज़र नहीं आ रही, यही कारण है। डॉक्टर साहब, एक जी हमारा सवाल के एम सी डी हो सकता कि कब्जे दे विच हो जाए, हुण हो जाए इस तरह दी हुण रुझान आ रहे रुझान ने जी, ते 7 सीटां भाजपा कोल ने दिल्ली दीआं, अरविंद केजरीवाल मुख मंत्री ने, ते गवर्नर दी कप उत्थे अपनी सत्ता हैगी है, बिल्कुल अरविंद केजरीवाल तो इस दौड़ दे विच भी ने कि इहो जी पावर आ जाए कि गवर्नर भी अपना ही लाया जाए, यानी कि प्रधानमंत्री दी कुर्सी तक किवें मतलब 24 देखते हो सारे सिनेरियो? देखो 24 दे विच मैनूं इह लगदा है कि जिवें आपां नूं आपां गल कर रहे हां कि कांग्रेस दी, क्योंकि कांग्रेस ने जो विरोधी धिर दा इक जिम्मेवारी निभाउणी सीगी उह सानूं जिम्मेवारी निभाउंदी नज़र नहीं आई पिछले लंबे समय तो, जदों 2014 तो बाद मोदी साहब प्रधानमंत्री बने ने उदो तो तुसी देखोगे कि उन्हों का जिहड़ा वोट प्रतिशत है नैशनल लैवल दे विच उह कोई बहुता वधा नज़र नहीं आ रहा, सीटां लगभग उत्थे ही खड़ियां नज़र आ रही ने, सो इस करके आपां देख कह सकते हैं कि आने वाले समय दे विच भी जे 24 दी आपां जदों गल करदे हां तां 24 दे विच काफ़ी संभावनावां ने कि लोग नवा बदल नूं चुणन, लोग जिहड़े ने हुण एजुकेशन चाहुंदे ने, हर स्टेट का बंदा जिहड़ा हैगा चाहे वह कोई भी स्टेट है वह चंगी एजुकेशन चाहुंदा है, चंगा चंगी हैल्थ चाहुंदा है, चंगा सिस्टम चाहुंदा है तां कि लोकां नूं कोई राहत मिल सके, आपां सारे जानदे हां कि आपां 75 साल की आज़ादी मना रहे हैं, आज़ादी हुण
ਇਹ ਸਾਲ ਚੱਲ ਰਿਹਾ 75 ਸਾਲਾਂ ਦੀ ਆਜ਼ਾਦੀ ਨੂੰ ਯਾਦ ਕੀਤਾ ਜਾ ਰਿਹਾ ਸੋ ਹੁਣ ਅਜੇ ਤੱਕ ਲੋਕ ਜਿਹੜੇ ਨੇ ਉਹ ਐਜੂਕੇਸ਼ਨ ਉਹਨਾਂ ਨੂੰ ਸਹੀ ਨਹੀਂ ਮਿਲ ਰਹੀ ਹੈਲਥ ਉਹਨਾਂ ਨੂੰ ਅੱਜ ਸਹੀ ਨਹੀਂ ਮਿਲ ਰਹੀ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਸਾਡੇ ਨੌਜਵਾਨਾਂ ਨੂੰ ਜਾਂ ਹੋਰ ਜਿਹੜੀਆਂ ਬੁਨਿਆਦੀ ਸਹੂਲਤਾਂ ਤੋਂ ਅੱਜ ਵਿਰਵੇ ਲੋਕ ਨਜ਼ਰ ਆ ਰਹੇ ਨੇ ਇਹਦਾ ਕਾਰਨ ਇਹੀ ਹੈ ਕਿ ਸਾਡੀ ਜਿਹੜੀ ਪੋਲੀਟਿਕਸ ਹੈ ਉਹਨੇ ਬਹੁਤਾ ਇੱਧਰ ਤਵੱਜੋ ਨਹੀਂ ਦਿੱਤੀ ਬਹੁਤਾ ਧਿਆਨ ਇਹਨਾਂ ਬੁਨਿਆਦੀ ਗੱਲਾਂ ਵੱਲ ਨਹੀਂ ਦਿੱਤਾ ਹਾਂ ਹੋਰ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਜ਼ਰੂਰ ਹੋਏ ਨੇ ਪਰ ਜਿਹੜੀਆਂ ਬੁਨਿਆਦੀ ਚੀਜ਼ਾਂ ਸੀਗੀਆਂ ਉਹ ਉਹਨਾਂ ਨੂੰ ਲੋਕਾਂ ਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਹ ਉਹਨਾਂ ਨੂੰ ਮਿਲ ਸਕਦੀਆਂ ਨੇ ਸੋ ਇਹੀ ਕਾਰਨ ਹੈ ਕਿ ਆਉਣ ਵਾਲੇ 24 ਦੇ ਵਿੱਚ ਕਾਫੀ ਵੱਡੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੀਆਂ ਜੀ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਲਈ ਧੰਨਵਾਦ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਦਿੱਲੀ ਦੀ ਐਮਸੀਡੀ ਇਲੈਕਸ਼ਨ ਦੀ ਜੋ ਬ੍ਰੇਕਿੰਗ ਨਿਊਜ਼ ਹੈ ਉਹਦੇ ਤੇ ਵਿਚਾਰ ਚਰਚਾ ਕੀਤੀ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਪੰਜਾਬੀ ਤੇ ਸ਼ੁਕਰੀਆ